ਫਰੀਦਕੋਟ ਸ਼ਹਿਰ ਦੀ ਮਸ਼ਹੂਰ ਗਾਇਕਾ ਅਮਰਜੋਤ ਨੇ ਚਮਕੀਲੇ ਨਾਲ ਪੰਜਾਬੀ ਦਗਾਣਾ ਗਾਇਕੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਮਨਦੀਪ, ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਟੌਪ 10 ਬੈਸਟ ਲਿਸਟ ਐਵਰ। ਅੱਜ ਅਸੀਂ ਤੁਹਾਡੇ ਲਈ ਅਮਰਜੋਤ ਦੇ ਜ਼ਿੰਦਗੀ ਸਫ਼ਰ 'ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਪੂਰੀ ਵੀਡੀਓ ਵੱਲ ਵਧਣ ਤੋਂ ਪਹਿਲਾਂ ਦੋਸਤੋ, ਜੇ ਤੁਸੀਂ ਹਜੇ ਤੱਕ ਵੀ ਆਪਣਾ ਹੀ ਚੈਨਲ ਟੌਪ 10 ਬੈਸਟ ਲਿਸਟ ਐਵਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਥੱਲੇ ਰੈੱਡ ਜੇ ਸਬਸਕ੍ਰਾਈਬ ਦੇ ਬਟਨ 'ਤੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚਲੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅਮਰਜੋਤ ਦੇ ਜ਼ਿੰਦਗੀ ਸਫ਼ਰ 'ਤੇ। ਅਮਰਜੋਤ ਦਾ ਜਨਮ 1962 ਨੂੰ ਡੋਗਰ ਬਸਤੀ ਫਰੀਦਕੋਟ ਵਿਖੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਰਾਜਬੰਸ ਦੇ ਘਰ ਹੋਇਆ। ਅਮਰਜੋਤ ਨੂੰ ਘਰ ਵਿੱਚ ਸਾਰੇ ਪਿਆਰ ਨਾਲ ਬੱਬੀ ਕਹਿ ਕੇ ਪੁਕਾਰਦੇ ਸਨ। ਸ਼ੁਰੂਆਤੀ ਦਿਨਾਂ ਵਿੱਚ ਉਸਨੇ ਆਪਣੀ ਵੱਡੀ ਭੈਣ ਇੰਦਰਜੀਤ ਕੌਰ ਪਾਸੋਂ ਗਾਇਕੀ ਦੇ ਗੁਰ ਸਿੱਖੇ ਅਤੇ ਬਾਅਦ ਵਿੱਚ ਉਸਤਾਦ ਜਸਵੰਤ ਭਵਰਾ ਨੂੰ ਆਪਣਾ ਗੁਰੂ ਧਾਰ ਲਿਆ। ਸਕੂਲ ਪੜ੍ਹਦੇ ਸਮੇਂ ਅਮਰਜੋਤ ਨੂੰ ਖੇਡਾਂ ਦੇ ਨਾਲ ਨਾਲ ਗਾਇਕੀ ਦੀ ਵੀ ਚੀਣਕ ਲੱਗ ਗਈ। ਛੋਟੀ ਉਮਰੇ ਸਟੇਜੀ ਡਰਾਮਿਆਂ 'ਤੇ ਉਹ ਜ਼ਿਆਦਾ ਹਿੰਦੀ ਗੀਤ ਹੀ ਗਾਉਂਦੀ ਸੀ। ਸ਼ੁਰੂਆਤੀ ਦਿਨਾਂ ਵਿੱਚ ਭਾਵੇਂ ਸਭ ਤੋਂ ਪਹਿਲਾਂ ਉਹ ਨਰਿੰਦਰ ਬੀਬਾ ਦੇ ਭਰਾ ਅਮੀਰ ਸਿੰਘ ਰਾਣਾ ਕੋਲ ਗਾਇਕੀ ਸਿੱਖਣ ਆਈ, ਪਰ ਸਭ ਤੋਂ ਪਹਿਲਾਂ ਉਸਦੀ ਰਿਕਾਰਡਿੰਗ ਗਾਇਕ ਪਿਆਰਾ ਸਿੰਘ ਪੰਛੀ ਨਾਲ ਮਿਲਦੀ ਹੈ। ਕੁਲਦੀਪ ਮਾਣਕ ਨਾਲ ਅਮਰਜੋਤ ਦੇ 4 ਦੁਗਾਣੇ, ਲੈ ਗਿਆ ਮੇਰੀ ਜਿੰਦ ਕੱਢ ਕੇ, ਤੇਰਾ ਚਿੱਟਿਆਂ ਦੰਦਾਂ ਦਾ ਹਾਸਾ, ਜਾਗੋ ਛੜਿਓ ਵਿਆਹ ਕਰਵਾ ਲਓ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਸਿਖਰ ਦੁਪਹਿਰੇ ਡੰਗ ਦਿੱਤਾ ਗੱਭਰੂ, ਉਨੀ ਦਿਨੀ ਬਹੁਤ ਮਸ਼ਹੂਰ ਹੋਏ ਤੇ ਇਸ ਨਾਲ ਉਸਦੀ ਸਮਕਾਲੀ ਗਾਇਕਾਵਾਂ ਵਿੱਚ ਚੰਗੀ ਪਹਿਚਾਣ ਬਣ ਗਈ। ਬਾਅਦ ਵਿੱਚ ਅਮਰਜੋਤ ਦਾ ਗਾਇਕ ਚਮਕੀਲੇ ਨਾਲ ਪੱਕਾ ਸੈੱਟ ਬਣ ਗਿਆ ਤੇ ਦੋਵਾਂ ਨੇ ਫਗਵਾੜੇ ਵਿਖੇ ਵਿਆਹ ਵੀ ਕਰਵਾ ਲਿਆ। ਕਈ ਮਸ਼ਹੂਰ ਦੁਗਾਣੇ ਮਾਰਕੀਟ ਵਿੱਚ ਆਉਣ ਨਾਲ ਬਹੁਤ ਹੀ ਥੋੜੇ ਸਮੇਂ ਵਿੱਚ ਇਹ ਜੋੜੀ ਸਰੋਤਿਆਂ ਦੀ ਪਹਿਲੀ ਪਸੰਦੀਦਾ ਗਾਇਕ ਜੋੜੀ ਬਣ ਗਈ। ਖਾੜਕੂਵਾਦ ਦੇ ਦੌਰ ਵਿੱਚ ਅਮਰਜੋਤ ਦੀ ਖੜਕਵੀਂ ਆਵਾਜ਼ ਵਿੱਚ ਰਿਕਾਰਡ ਧਾਰਮਿਕ ਗੀਤ ਲੈ ਲਓ ਸਿਰਾਂ ਤੇ ਚੁੰਨੀਆਂ, ਦਸਤਾਰਾਂ, ਕੇਸਰੀ, ਪਟਨਾ ਸ਼ਹਿਰ ਵਿੱਚ ਚੰਦ ਚੜਿਆ, ਪੀਰਾਂ ਦਾ ਪੀਰ, ਕੰਧੇ ਸਰਹੰਦ ਦੀਏ ਤੇ ਅਤੇ ਆਓ ਭੈਣੋ ਵੀਰਾਂ ਦੀਆਂ ਗਾਈਏ ਘੋੜੀਆਂ ਵੀ ਬਹੁਤ ਮਕਬੂਲ ਹੋਏ। ਅਮਰਜੋਤ ਦਾ ਸਟੇਜ ਤੇ ਤਾੜੀਆਂ ਨਾਲ ਗਾਉਣ ਦਾ ਵੱਖਰਾ ਅੰਦਾਜ਼ ਸਰੋਤਿਆਂ ਨੂੰ ਕੀ ਲੈਂਦਾ ਸੀ। ਚਮਕੀਲੇ ਦੇ ਦਗਾਣੇ ਹਿੱਟ ਹੋਣ ਵਿੱਚ ਅਮਰਜੋਤ ਦਾ ਬਹੁਤ ਵੱਡਾ ਯੋਗਦਾਨ ਸੀ। 8 ਮਾਰਚ 1988 ਨੂੰ ਮੈਸਮਪੁਰ ਵਿਖੇ ਇਸ ਗਾਇਕਾ ਨੂੰ ਅਮਰ ਸਿੰਘ ਚਮਕੀਲੇ ਦੇ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਸ ਨਾਲ ਉਹ ਬੇਸ਼ੱਕ ਦੁਨੀਆਂ ਤੋਂ ਚਲੀ ਗਈ, ਪਰ ਰਹਿੰਦੀ ਦੁਨੀਆਂ ਤੱਕ ਉਸਦੀ ਆਵਾਜ਼ ਅਮਰ ਰਹੇਗੀ। ਪਿਛਲੇ ਦੌਰ ਦੀ ਤਰ੍ਹਾਂ ਇਸ ਦੌਰ ਵਿੱਚ ਵੀ ਉਸਦੀ ਆਵਾਜ਼ ਦਾ ਜਾਦੂ ਬਰਕਰਾਰ ਹੈ। ਦਲੇਰ ਗਾਇਕਾ ਅਮਰਜੋਤ ਉਸ ਸਮੇਂ ਬਿਨਾਂ ਕਿਸੇ ਡਰ ਤੋਂ ਪੰਜਾਬ ਵਿੱਚ ਛਾਏ ਕਾਲੇ ਦਿਨਾਂ ਦੌਰਾਨ ਅਖਾੜਿਆਂ ਵਿੱਚ ਜਾ ਕੇ ਵੀ ਲੋਕਾਂ ਦਾ ਮਨੋਰੰਜਨ ਕਰਦੀ ਸੀ। ਉਸਦੀ ਦਲੇਰੀ ਕਰਕੇ ਹੀ ਸੰਭਵ ਹੋ ਸਕਿਆ ਹੈ ਕਿ ਅੱਜ ਦੀਆਂ ਗਾਇਕਾਵਾਂ ਬਿਨਾਂ ਕਿਸੇ ਡਰ ਤੋਂ ਸਟੇਜ ਤੇ ਗਾ ਰਹੀਆਂ ਹਨ। ਅਮਰਜੋਤ ਦੀ ਮੌਤ ਤੋਂ ਬਾਅਦ ਉਸਦਾ 3 ਮਹੀਨਿਆਂ ਦਾ ਛੋਟਾ ਬੱਚਾ ਰੀਪੂ ਮਹੀਨਾ ਕੁ ਬਿਮਾਰ ਰਹਿਣ ਕਰਕੇ ਪੂਰਾ ਹੋ ਗਿਆ। ਅੱਜ ਕੱਲ੍ਹ ਅਮਰਜੋਤ ਦਾ ਵੱਡਾ ਬੇਟਾ ਜੈਮਨ ਚਮਕੀਲਾ ਗਾਇਕੀ ਵਿੱਚ ਆਪਣੇ ਮਾਤਾ ਪਿਤਾ ਵਾਂਗ ਸਿਖਰ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਅਮਰਜੋਤ ਦੀ ਵੱਡੀ ਭੈਣ ਇੰਦਰਜੀਤ ਕੌਰ ਦਾ ਕੈਨੇਡਾ ਵਿਖੇ ਤੇ ਭਰਾ ਜਸਵੀਰ ਸਿੰਘ ਦਾ ਜੋਧੇਵਾਲ ਬਸਤੀ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਪਿਛਲੇ ਕੁਝ ਸਾਲਾਂ ਵਿੱਚ ਅਮਰਜੋਤ ਦੇ 3 ਭਰਾਵਾਂ ਦਾ ਤੇ 1 ਭੈਣ ਦੀ ਮੌਤ ਨਾਲ ਅੱਜ ਪਰਿਵਾਰ ਛੋਟਾ ਜਿਹਾ ਰਹਿ ਗਿਆ ਹੈ। ਅੱਜ ਕੱਲ੍ਹ ਉਸਦਾ 1 ਭਰਾ ਪੱਪੂ, ਭੈਣ ਜਸਵੰਤ ਕੌਰ ਤੇ ਬੇਟਾ ਜੈਮਨ ਚਮਕੀਲਾ ਲੁਧਿਆਣਾ ਵਿਖੇ ਜ਼ਿੰਦਗੀ ਬਤੀਤ ਕਰ ਰਹੇ ਹਨ। ਰਹਿੰਦੀ ਦੁਨੀਆਂ ਤੱਕ ਅਮਰਜੋਤ ਦੇ ਗਾਏ ਗੀਤ ਪੰਜਾਬ ਦੇ ਫਿਜ਼ਾ ਵਿੱਚ ਗੂੰਜਦੇ ਰਹਿਣਗੇ। ਦੋਸਤੋ, ਇਹ ਸੀ ਅਮਰਜੋਤ ਦੇ ਜ਼ਿੰਦਗੀ ਸਫ਼ਰ ਦੇ ਵੀਡੀਓ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਆਪਣੇ ਹੀ ਚੈਨਲ ਟੌਪ 10 ਬੈਸਟ ਲਿਸਟ ਐਵਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਇੱਥੇ ਅਸੀਂ ਤੁਹਾਡੇ ਲਈ ਪੰਜਾਬੀ ਜਗਤ ਨਾਲ ਜੁੜੇ ਸਿਤਾਰਿਆਂ ਦੀਆਂ ਬਾਇਓਗ੍ਰਾਫੀਸ ਲੈ ਕੇ ਆਉਂਦੇ ਹੀ ਰਹਿੰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਛ ਨਵਾਂ ਲੈ ਕੇ। ਧੰਨਵਾਦ।